ਕਿਸਾਨ ਆंदोलਨ ਦੌਰਾਨ ਜਦੋਂ 13 ਮਹੀਨੇ ਲਗਾਤਾਰ ਦਿੱਲੀ ਦੀਆਂ ਬਰੋਹਾਂ ਤੇ ਬੈਠੇ ਰਹੇ ਕਿਸਾਨ ਕੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਵੀ ਹੋਵੇ ਤੇ ਤਿੰਨ ਖੇਤੀ ਕਾਨੂੰਨ ਰੱਦ ਕਰਾਉਣੇ ਸਨ ਉਹਨਾਂ ਦਿਨਾਂ ਦੇ ਦੌਰਾਨ ਸਭ ਨੂੰ ਯਾਦ ਹੋਵੇਗਾ 3 ਅਕਤੂਬਰ 2021 ਦਾ ਉਹ ਕਾਲਾ ਦਿਨ ਸੀ ਜਦੋਂ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਕਾਂਡ ਹੁੰਦਾ ਔਰ ਕਤਲ ਕਾਂਡ ਉਹ ਇੰਨਾ ਭਿਆਨਕ ਸੀ ਕਿ ਗੱਡੀ ਚੜਾ ਦਿੱਤੀ ਗਈ ਸੀ ਕੇਂਦਰੀ ਰਾਜ ਮੰਤਰੀ ਤੇਨੀ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਵੱਲੋਂ ਜਿਹੜਾ ਉਸ ਕੇਸ ਦੇ ਵਿੱਚ ਦੋਸ਼ੀ ਵੀ ਪਾਇਆ ਗਿਆ ਬਾਅਦ ਦੇ ਵਿੱਚ ਅੰਤਰੀਮ ਜ਼ਮਾਨਤ ਮਿਲਦੀ ਹੈ ਪਰ ਕੁਝ ਸ਼ਰਤਾਂ ਤੈਅ ਕੀਤੀਆਂ ਸੀ ਪਰ ਹੁਣ ਪਤਾ ਲੱਗਿਆ ਹੈ ਕਿ ਉਹ ਸ਼ਰਤਾਂ ਦੀ ਉਲੰਘਣਾ ਕਰ ਰਿਹਾ ਹੈ ਆਸ਼ੀਸ਼ ਮਿਸ਼ਰਾ ਨੂੰ ਅਜਿਹੀ ਕਿਹੜੀ ਹਲਾਸ਼ੇਰੀ ਹੈ ਕਿ ਉਹ ਲਗਾਤਾਰ ਅਦਾਲਤ ਦੇ ਵੱਲੋਂ ਤੈਅ ਕੀਤੀਆਂ ਗਿਆ ਸ਼ਰਤਾਂ ਨੂੰ ਵੀ ਟਿੱਚ ਜਾਣਦਾ ਹੈ ਹਾਲਾਂਕਿ ਕਿਸਾਨਾਂ ਦੇ ਵਿੱਚ ਰੋਸ ਇਸ ਗੱਲ ਦਾ ਵੀ ਹੈ ਕਿ ਉਸਦੇ ਪਿਤਾ ਨੂੰ ਮੁਰ ਤੋਂ ਭਾਜਪੀ ਦੇ ਵੱਲੋਂ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ ਭਾਜਪਾ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਤੋਂ ਪਹਿਲਾਂ ਤਾਂ ਇੱਥੋਂ ਤੱਕ ਮੰਗ ਉੱਠੀ ਸੀ ਕਿਸਾਨਾਂ ਨੇ ਰੋਹ ਵੀ ਕੀਤਾ ਵਿਦਰੋਹ ਵੀ ਕੀਤਾ ਕਿ ਉਸਦੇ ਪਿਤਾ ਨੂੰ ਕੇਂਦਰੀ ਰਾਜ ਮੰਤਰੀ ਦੀ ਕੁਰਸੀ ਤੋਂ ਤਾਰਨਾ ਚਾਹੀਦਾ ਕਿਉਂਕਿ ਉਹ ਜਾਂਚ ਨੂੰ ਪ੍ਰਭਾਵਿਤ ਕਰਵਾ ਸਕਦੇ ਨੇ ਆਪਣੇ ਰਸੂਖ ਨੂੰ ਵਰਤਦੇ ਆ ਪਰ ਤਿਆਸ ਤੋਂ ਮਸ ਨਹੀਂ ਹੋਏ ਔਰ ਆਪਣੇ ਅੜੀਏ ਰਵਈਏ ਦੇ ਉੱਤੇ ਟਿਕੇ ਰਹੇ ਅੱਜ ਕੱਲ੍ਹ ਵੀ ਕਿਸਾਨਾਂ ਦੇ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਤੇ ਆਪੀ ਦਾ ਕੁਝ ਹਿੱਸਾ ਹੋਵੇ ਹਰਿਆਣਾ ਤੇ ਪੰਜਾਬ ਸੂਬਾ ਖਾਸ ਕਰਕੇ ਬੀਜੇਪੀ ਦੇ ਉਮੀਦਵਾਰਾਂ ਨੂੰ ਇਸੇ ਕਰਕੇ ਭੁਗਤਨੇ ਪੈ ਰਹੇ ਨੇ ਵਿਰੋਧ ਦੇ ਨਤੀਜੇ ਕਿਉਂਕਿ ਲਗਾਤਾਰ ਹੀ ਜਿਹੜਾ ਕੇਂਦਰ ਸਰਕਾਰ ਨੇ ਜਾਂ ਫਿਰ ਯੂਪੀ ਦੇ ਵਿੱਚ ਜੋ ਕੁਝ ਹੋਇਆ ਉਸ ਦੇ ਲਈ ਕੁਝ ਵੀ ਨਹੀਂ ਬਦਲਿਆ ਹੁਣ ਆਸ਼ੀਸ਼ ਮੇਸ਼ਰਾ ਨੇ ਅਜੇ ਹੀ ਕਿਹੜੀ ਲੰਗਣਾ ਕੀਤੀ ਹੈ ਦਰਅਸਲ ਸਪਰੀਮ ਕੋਰਟ ਦੇ ਨਾਮੀ ਵਕੀਲ ਨੇ ਸੀਨੀਅਰ ਵਕੀਲ ਨੇ ਪ੍ਰਸ਼ਾਂਤ ਕੂਸ਼ਨ ਉਹਨਾਂ ਪੀੜਤ ਪਰਿਵਾਰਾਂ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਹੁੰਦੇ ਨੇ ਤੇ ਸੁਪਰੀਮ ਕੋਰਟ ਨੇ ਫਿਰ अहम ਟਿੱਪਣੀ ਵੀ ਕੀਤੀ ਉਸ ਦੇ ਵਿੱਚ ਦੱਸਿਆ ਗਿਆ ਕਿ ਨਾ ਕੇਵਲ ਉਸ ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨ ਤੋਂ ਰੋਕਿਆ ਗਿਆ ਪਰ ਸਿਰਫ ਤੇ ਸਿਰਫ ਕਾਨੂੰਨੀ ਕਾਰਵਾਈ ਦੇ ਲਈ ਜਾਂ ਅਦਾਲਤੀ ਕੰਮਾਂ ਕਾਜਾਂ ਦੇ ਲਈ ਇੱਕ ਤੋਂ ਦੂਜੀ ਥਾਂ ਦੇ ਉੱਤੇ ਜਾ ਸਕਦਾ ਪਰ ਕੋਈ ਅਜਿਹੀ ਗਤੀਵਿਧੀ ਵਿੱਚ ਹਿੱਸਾ ਨਹੀਂ ਲੈ ਸਕਦਾ ਜਿਸ ਤੇ ਜ਼ਮਾਨਤ ਦੇਣ ਲੱਗਿਆਂ ਸ਼ਰਤਾਂ ਰੱਖੀਆਂ ਗਈਆਂ ਸਨ ਕਿਸੇ ਵੀ ਸਿਆਸੀ ਪ੍ਰੋਗਰਾਮ ਦਾ ਹਿੱਸਾ ਵੀ ਨਹੀਂ ਉਹ ਬਣ ਸਕਦਾ ਪਰ ਹੁਣ ਉਹਨਾਂ ਦੇ ਪਿਤਾ ਨੂੰ ਆ ਜਿਹੜੀ ਉਹ ਟਿਕਟ ਮਿਲੀ ਹੋਈ ਆ ਭਾਜਪਾ ਤੋਂ ਤੇ ਇਸ ਕਰਕੇ ਉਹ ਵੱਖੋ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦਾ ਦਿਖਾਈ ਦਿੰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਤਾਂ ਵਕੀਲ ਪ੍ਰਸ਼ਾਂਤ ਪੂਸ਼ਨ ਨੇ ਉਹਨਾਂ ਪੀੜਤ ਪਰਿਵਾਰਾਂ ਦੇ ਵੱਲੋਂ ਨੁਮਾਇੰਦਗੀ ਕਰਦਿਆਂ ਵਕਾਲਤ ਕਰਦਿਆਂ ਸੁਪਰੀਮ ਕੋਰਟ ਦੇ ਵਿੱਚ ਤੱਥ ਪੇਸ਼ ਕੀਤੇ ਜਿਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ ਹੈ ਟਿੱਪਣੀ ਵੀ ਦਿੱਤੀ ਹੈ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਪੂਰਾ ਮਸਲਾ ਕੀ ਹੈ 3 ਅਕਤੂਬਰ 2021 ਦਾ ਕਾਂਡ ਸਭ ਨੂੰ ਯਾਦ ਹੋਵੇਗਾ ਜਿਸ ਦੇ ਵਿੱਚ ਲਗਭਗ 4 ਕਿਸਾਨ ਤੇ ਇੱਕ ਪੱਤਰਕਾਰ ਵੀ ਉਸ ਦੇ ਵਿੱਚ ਸ਼ਿਕਾਰ ਹੋ ਗਏ ਸੀ ਉਹਨਾਂ ਨੂੰ ਜਾਨ ਗਵਾਉਣੀ ਪਈ ਸੀ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਪਹਿਲਾਂ ਕਾਫੀ ਧਰਨੇ ਮੁਜਾਰੇ ਵੀ ਲੱਗੇ ਔਰ ਬਾਅਦ ਦੇ ਵਿੱਚ 9 ਅਕਤੂਬਰ 2021 ਨੂੰ ਜਦੋਂ ਦਬਾਅ ਪੈਂਦਾ ਤਾਂ ਫਿਰ ਅਸ਼ੀਸ਼ ਮਿਸ਼ਰਾ ਜਿਸ ਦੇ ਉੱਤੇ ਦੋਸ਼ ਲੱਗੇ ਕਿ ਉਹ ਹੀ ਮੁੱਖ ਦੋਸ਼ੀ ਹੈ ਸਾਜ਼ਿਸ਼ ਕਰਤਾ ਤੇ ਉਸ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਫਿਰ ਬਾਅਦ ਵਿੱਚ ਫਰਵਰੀ 2022 ਦੇ ਵਿੱਚ ਉਸ ਨੂੰ ਜ਼ਮਾਨਤ ਮਿਲਦੀ ਹੈ ਪਰ ਜ਼ਮਾਨਤ ਐਵੇਂ ਹੀ ਨਹੀਂ ਮਿਲ ਜਾਂਦੀ ਉਸ ਦੇ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਸਨ ਔਰ ਉਹਨਾਂ ਦੀ ਸ਼ਰਤਾਂ ਦੀ ਉਲੰਘਣਾ ਕਰਦਾ ਦਿਖਾਈ ਦੇ ਰਿਹਾ ਜਿਹੜਾ ਅਸ਼ੀਸ਼ ਮਿਸ਼ਰਾ ਇਸ ਗੱਲ ਦੀ ਗੱਲ ਜਿਹੜੀ ਹੈ ਗੱਲ ਪ੍ਰਸ਼ਾਂਤ ਪੂਸ਼ਨ ਨੇ ਸੁਪਰੀਮ ਕੋਰਟ ਨੂੰ ਜਾਣੂ ਕਰਵਾਇਆ ਪ੍ਰਸ਼ਾਂਤ ਪੂਸ਼ਨ ਨੇ ਸੁਪਰੀਮ ਕੋਰਟ ਦੇ ਜਿਹੜਾ ਬੈਂਚ ਐਸ ਨੂੰ ਦੱਸਿਆ ਕਿ ਮਿਸ਼ਰਾ ਦੇ ਉੱਤੇ ਲਗਾਈ ਗਈ ਕਈ ਲਗਾਈਆਂ ਗਿਆ ਕਈ ਅੰਤਰੀ ਜ਼ਮਾਨਤ ਸ਼ਰਤਾਂ ਨੂੰ ਜਿਹੜਾ ਅੱਖੋਂ-ਉੱਲੇ ਕਰਦਾ ਦਿਖਾਈ ਦੇ ਰਿਹਾ ਅਸ਼ੀਸ਼ ਮਿਸ਼ਰਾ ਕੇਵਲ ਅਦਾਲਤੀ ਕੰਮਕਾਜ ਦੇ ਲਈ ਹਿੱਸਾ ਲੈਣ ਦੇ ਵਾਸਤੇ ਉਹ ਉੱਤਰ ਪ੍ਰਦੇਸ਼ ਦਾ ਦੌਰਾ ਕਰ ਸਕਦਾ ਹੈ ਹੋਰ ਕਿਸੇ ਵੀ ਚੀਜ਼ ਦੇ ਲਈ ਉਸ ਨੂੰ ਇਜਾਜ਼ਤ ਨਹੀਂ ਹੈ ਪਰ ਉਹ ਲਗਾਤਾਰ ਇਸ ਦਾ ਉਲੰਘਣ ਕਰਦਾ ਦਿਖਾਈ ਦੇ ਰਿਹਾ ਲਖੀਮਪੁਰ ਖੀਰੀ ਦੇ ਪੀੜਤ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਉਹ ਵੀ ਇਸ ਗੱਲ ਤੋਂ ਬਹੁਤ ਦੁਖੀ ਨੇ ਹਾਲਾਂਕਿ ਕਈਆਂ ਨੇ ਤਾਂ ਇਹ ਵੀ ਖਲਾਸੇ ਕੀਤੇ ਸੀ ਕਿ ਉਹਨਾਂ ਨੂੰ ਜਿਹੜੀ ਗਵਾਹੀ ਵਾਪਸ ਲੈਣ ਦੇ ਲਈ ਤਿੱਕਰਾਂ ਕਈ ਤਰ੍ਹਾਂ ਦੇ ਸਿਆਸੀ ਦਬਾਅ ਤੱਕ ਪਾਏ ਗਏ ਧਮਕੀਆਂ ਵੀ ਆਉਂਦੀਆਂ ਰਹੀਆਂ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਗਿਆ ਕਿ ਹਿੰਸਾ ਦੇ ਉਸ ਦੋਸ਼ੀ ਨੂੰ ਜਿਹੜਾ ਕਿ ਆਸ਼ੀਸ਼ ਮਿਸ਼ਰਾ ਹੈ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਰਾਜਨੀਤਿਕ ਜਿਹੜੇ ਕਾਰ ਉੱਥੇ ਪ੍ਰੋਗਰਾਮ ਹੋ ਰਹੇ ਨੇ ਉਸ ਦੇ ਵਿੱਚ ਉਹ ਭਾਗ ਲੈਂਦਾ ਦਿਖਾਈ ਦੇ ਰਿਹਾ ਅੰਤਿਮ ਜ਼ਮਾਨਤ ਦੀ ਸ਼ਰਤ ਦਾ ਅਲੰਘਣ ਕਰਦਾ ਦਿਖਾਈ ਦੇ ਰਿਹਾ ਜਸਟਿਸ ਸੂਰੀਆਕਾਂਤ ਤੇ ਪੀਐਸ ਨਰਸੀਮਾ ਦੀ ਉਸ ਬੈਂਚ ਨੇ ਯੂਪੀ ਪੁਲਿਸ ਨੂੰ ਕਿਹਾ ਕਿ ਉਹ ਮੁਕਦਮੇ ਦੇ ਲਈ ਅਦਾਲਤ ਦੇ ਵਿੱਚ ਗਵਾਹਾਂ ਦੀ ਜਿਹੜੀ ਆ ਉਸ ਨੂੰ ਯਕੀਨੀ ਬਣਾਉਣ ਕਿਉਂਕਿ ਮਾਮਲੇ ਦੇ ਵਿੱਚ ਗਵਾਹਾਂ ਦੀ ਜਿਹੜੀ ਉਪਸਥਿਤੀ ਹੈ ਉਹਨਾਂ ਨੂੰ ਨਹੀਂ ਹੋਣ ਦੇਣ ਦੇ ਲਈ ਮੁਕਦਮੇ ਦੇ ਵਿੱਚ ਦੇਰੀ ਹੋ ਰਹੀ ਹੈ ਟ੍ਰਾਈਸਾਈਕਲ ਵੰਡਣ ਨੂੰ ਲੈ ਕੇ ਪੋਸਟਰ ਵੀ ਉਸਤੇ ਲੱਗੇ ਨੇ ਇੱਕ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਸਰਕਾਰੀ ਵਕੀਲ ਤੇ ਪੁਲਿਸ ਦੇ ਮਾਮਲੇ ਦੇ ਵਿੱਚ ਗੋਹਾ ਨੂੰ ਸਮੇਂ ਸਿਰ ਦੇ ਉੱਤੇ ਪੇਸ਼ ਕਰਵਾਉਣ ਦੇ ਲਈ ਯਕੀਨੀ ਤੇ ਪ੍ਰਭਾਵੀ ਕਦਮ ਚੁੱਕਣ ਦੀ ਲੋੜ ਹੈ ਵਕੀਲ ਪ੍ਰਸ਼ਾਂਤ ਘੋਸ਼ਨ ਦੇ ਤਰਫੋਂ ਪੇਸ਼ ਹੋਏ ਪੀੜਤ ਦੇ ਪਰਿਵਾਰਾਂ ਨੇ ਜਿਹੜੇ ਮੈਂਬਰ ਨੇ ਉਹਨਾਂ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਸ਼ੀਸ਼ ਮਿਸ਼ਰਾ ਹਾਲ ਹੀ ਦੇ ਵਿੱਚ ਹੀ ਰਾਜਨੀਤਿਕ ਪ੍ਰੋਗਰਾਮ ਦੇ ਵਿੱਚ ਭਾਗ ਲੈਂਦਾ ਸੀ ਇਸ ਦੇ ਲਈ ਯੂਪੀ ਦੇ ਵਿੱਚ ਟ੍ਰਾਈਸਾਈਕਲ ਜਿਹੜੇ ਉਹ ਵੀ ਵੰਡਣ ਦੇ ਪੋਸਟਰ ਸਾਹਮਣੇ ਆਏ ਨੇ ਇੱਕ ਵੀਡੀਓ ਵੀ ਆ ਜਿਹੜਾ ਉਹ ਦੇਖਿਆ ਜਾ ਸਕਦਾ ਹੈ ਪ੍ਰਸ਼ਾਂਤ ਪੂਸ਼ਨ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਮਿਸ਼ਰਾ ਦੇ ਉੱਤੇ ਲਗਾਈ ਗਈ ਹੈ ਕਈ ਅੰਤਰੀਮ ਜ਼ਮਾਨਤ ਸ਼ਰਤਾਂ ਦੇ ਵਿੱਚੋਂ ਇੱਕ ਇਹ ਵੀ ਸ਼ਾਮਲ ਹੈ ਕਿ ਸਿਰਫ ਤੇ ਸਿਰਫ ਉਹ ਕਾਨੂੰਨੀ ਕੰਮਕਾਜ ਦੇ ਲਈ ਜਾਂ ਅਦਾਲਤੀ ਪ੍ਰਕਿਰਿਆ ਦੇ ਨਾਲ ਸੰਬੰਧਿਤ ਕੰਮਕਾਜ ਦੇ ਲਈ ਉਹ ਉੱਤਰ ਪ੍ਰਦੇਸ਼ ਦੀ ਦੌਰਾ ਕਰ ਸਕਦਾ ਹੈ ਹਾਲਾਂਕਿ ਉਸ ਦੇ ਉੱਤੇ ਰਾਜਨੀਤਿਕ ਪ੍ਰੋਗਰਾਮ ਕਰਨ ਤੇ ਪਾਬੰਦੀ ਲੱਗੀ ਹੈ ਪਰ ਉਹ ਇਸ ਤਰ੍ਹਾਂ ਕਰਦਾ ਦਿਖਾਈ ਦੇ ਰਿਹਾ ਇਸ ਕਰਕੇ ਸੁਪਰੀਮ ਕੋਰਟ ਦੇ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਇਸ ਤਰ੍ਹਾਂ ਹੈ ਤਾਂ ਇਹ ਵਾਕਈ ਅਦਾਲਤ ਦੇ ਜਿਹੜੇ ਦਿੱਤੇ ਗੀਆਂ ਸ਼ਰਤਾਂ ਨੇ ਜਾਂ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਹੁਣ ਸੁਪਰੀਮ ਕੋਰਟ ਦੇ ਵਿੱਚ ਫਿਲਹਾਲ ਦੀ ਘੜੀ ਤਾਂ ਇਹ ਗੱਲ ਆਈ ਹੈ ਸਾਹਮਣੇ ਨਿਕਲ ਕੇ ਪਰ ਕੀ ਇਸ ਤੋਂ ਅੱਗੇ ਵੀ ਕੋਈ ਗੱਲ ਤੁਰੇਗੀ ਪੀੜਤ ਪਰਿਵਾਰ ਇੱਕ ਪਾਸੇ ਇਨਸਾਫ ਲਈ ਦਰਦਰ ਦੀਆਂ ਠੋਕਰਾਂ ਖਾਂਦੇ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਮੁਲਜ਼ਮ ਨੇ ਉਸ ਕੇਸ ਦੇ ਕਤਲकांड ਦੇ ਉਹ ਇਸ ਤਰੀਕੇ ਦੇ ਨਾਲ ਖੁੱਲੇ ਆਮ ਘੁੰਮ ਰਹੇ ਨੇ ਹਾਲਾਂਕਿ ਜ਼ਮਾਨਤ ਆ ਜਿਹੜੀ ਅਦਾਲਤੀ ਪ੍ਰਕਿਰਿਆ ਦੇ ਦੌਰਾਨ ਉਸ ਨੂੰ ਮਿਲੀ ਸੀ ਨਿਯਮਾਂ ਦੇ ਤਹਿਤ ਪਰ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਸੀ ਇਸੇ ਦਾ ਨਤੀਜਾ ਹੈ ਕਿ ਜਦੋਂ ਭਾਜਪਾ ਦੇ ਅਜੇ ਲੀਡਰ ਜਿਨ੍ਹਾਂ ਨੇ ਕਈ ਅਜੇ ਕਾਣ ਕੀਤੇ ਨੇ ਜਿਸ ਦੇ ਨਾਲ ਕਿਸਾਨਾਂ ਦਾ ਕਲਾ مالی ਨੁਕਸਾਨ ਹੀ ਨਹੀਂ ਹੋਇਆ ਜਾਨੀ ਨੁਕਸਾਨ ਵੀ ਹੋਇਆ ਤਾਂ ਫਿਰ ਇਸੇ ਕਰਕੇ ਵਿਰੋਧ ਚੱਲਣਾ ਪੈ ਰਿਹਾ ਬੀਜੇਪੀ ਦੇ ਉਮੀਦਵਾਰਾਂ ਨੂੰ ਤਲਖੀਮਪੁਰ ਖੀਰੀ ਦੇ ਕਾਣ ਦੀ ਚਰਚਾ ਉਦੋਂ ਤੱਕ ਹੁੰਦੀ ਰਹੇਗੀ ਜਦੋਂ ਤੱਕ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੋ ਜਾਂਦੇ ਹਾਲਾਂਕਿ ਉਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਅਪਡੇਟ ਆਉਂਦਾ ਫਿਲਹਾਲ ਇਸ ਜਾਣਕਾਰੀ ਦੇ ਵਿੱਚ ਜੋ ਸਾਡੇ ਤੱਕ ਪ੍ਰਾਪਤ ਸੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਵੀ ਅਪਡੇਟ ਅਗਲਾ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ